ਅਸੀਂ ਇਸੇ ਸੰਬੰਧ ਵਿੱਚ ਮਿਲਣ ਆਏ ਕਿਉਂਕਿ ਉਸ ਦਿਨ ਜਨਮ ਅਸ਼ਟਮੀ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਦਰਖਾਸਤ ਕੀਤੀ ਕਿ ਮੰਦਰ ਦੇ ਰਾਊਂਡ ਜਿਹੜਾ ਕੂੜਾ ਹੈਗਾ ਜਾਂ ਹੋਰ ਡਰੇਨੇਜ ਸਿਸਟਮ ਜਿਹੜਾ ਬਲੋਕ ਉਹਦੀ ਇੱਕ ਵਾਰ ਸਫਾਈ ਕੀਤੀ ਹੈ ਤਾਂ ਕਿ ਤਿਉਹਾਰਾਂ ਦੇ ਮੌਕੇ ਤੁਹਾਨੂੰ ਪ੍ਰੋਬਲਮ ਨਾ ਹੋਵੇ ਕਿ ਪਾਣੀ ਬਲੋਕ ਨਾ ਹੋਵੇ ਅਤੇ ਆਲੇ ਦੁਆਲੇ ਮੰਦਰ ਉਸ ਦੇ ਵਿੱਚ ਇਹਨਾਂ ਸਟਾਫ ਨੇ ਸਾਡਾ ਬਹੁਤ ਸਹਿਯੋਗ ਕੀਤਾ ਅਸੀਂ ਧੰਨਵਾਦ ਆਉਣ ਵਾਲੇ ਟਾਈਮ 'ਚ ਕਿੱਦਾਂ ਉਮੀਦ ਕਰਦੇ ਨਗਰ ਨਿਗਮ ਦੇ ਕੰਮ ਨੂੰ ਅਸੀਂ ਸੋਚਦੇ ਇੱਦਾਂ ਹੀ ਕੰਮ ਕਰਦੇ ਰਹਿਣਗੇ ਅਤੇ ਸ਼ਹਿਰ ਦੀ ਸੇਵਾ ਕਰਦੇ